ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਿਕੀ ਸੰਧੂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ ਸੋ ਮਾਰਕੀਟ ਦੇ ਵਿੱਚ ਬੜੀ ਚੀਜ਼ ਇੱਕ ਦੇਖਣ ਨੂੰ ਮਿਲੀ ਹੈ ਕਿ ਸਟੂਡੈਂਟ ਦੇ ਦਿਲਾਂ ਦੇ ਵਿੱਚ ਡਰ ਹੈ ਕਿ ਕੈਨੇਡਾ ਨੇ ਇੰਟਰਵਿਊਜ਼ ਸਟਾਰਟ ਕਰ ਦਿੱਤੀਆਂ ਕਈ ਏਜੰਟਸ ਆ ਜਿਨ੍ਹਾਂ ਕੋਲ ਇਸ ਚੀਜ਼ ਦਾ ਜਵਾਬ ਨਹੀਂ ਹੈ ਸਟੂਡੈਂਟ ਰੂਟੀਨ ਦੇ ਵਿੱਚ ਚੀਜ਼ਾਂ ਪੁੱਛਦੇ ਕਿ ਸਰ ਕੀ ਕਾਰਨ ਹੈਗੇ ਜਿਨ੍ਹਾਂ ਕਰਕੇ ਚੇਂਜਸ ਆਏ ਨੇ ਸੋ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਕਿ ਜਦੋਂ ਵੀ ਰੂਲ ਅਪਡੇਟ ਹੋਏ ਜਾਂ ਇਮੀਗ੍ਰੇਸ਼ਨ ਦੀ ਪਾਲਿਸੀਜ਼ ਰਿਵਾਈਜ਼ ਹੋਈਆਂ ਜਾਂ ਕੋਈ ਚੀਜ਼ ਦੇ ਵਿੱਚ ਚੇਂਜਸ ਆਏ ਆ ਓਮ ਗਲੋਬਲ ਨੇ ਹਮੇਸ਼ਾ ਅੱਗੇ ਆ ਕੇ ਸਭ ਤੋਂ ਪਹਿਲਾਂ ਸਟੂਡੈਂਟਸ ਨੂੰ ਰਾਈਟ ਇਨਫੋਰਮੇਸ਼ਨ ਦਿੱਤੀ ਹੈ ਉਸ ਚੀਜ਼ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਸਟੂਡੈਂਟ ਦੇ ਦਿਲਾਂ 'ਚ ਜਿਹੜਾ ਡਰ ਸੀਗਾ ਉਹ ਕੱਢਿਆ ਸਿਮਿਲਰ ਚੀਜ਼ ਉੱਤੇ ਅੱਜ ਮੈਂ ਇਹੀ ਵੀਡੀਓ ਦੇ ਜ਼ਰੀਏ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੂੰਗਾ ਕਿ ਜਿਹੜੇ ਚੇਂਜਸ ਆਏ ਆ ਬੱਚੇ ਦਾ ਇੰਟਰਵਿਊ ਹੋਣਾ ਸਟਾਰਟ ਹੋ ਚੁੱਕਾ ਸੋ ਬੱਚਾ ਉਹਦੇ ਵਿੱਚ ਡਰੇ ਨਾ ਪੈਨਿਕ ਨਾ ਹੋਵੇ ਜਿਨ੍ਹਾਂ ਦੇ ਡਾਕੂਮੈਂਟੇਸ਼ਨ ਫੇਕ ਲੱਗੇ ਸੀਗੇ ਵਰੀਡ ਸਿਰਫ ਉਹ ਹੋ ਸਕਦੇ ਕਿਉਂਕਿ ਕਈ ਏਜੰਟ ਨੇ ਰੀਪ੍ਰੈਜੈਂਟੇਸ਼ਨ ਇਸ ਤਰੀਕੇ ਨਾਲ ਕੀਤੀ ਕਿ ਡਾਕੂਮੈਂਟਸ ਫੇਕ ਲਗਾਏ ਸੋ ਜਿਨ੍ਹਾਂ ਦੇ ਡਾਕੂਮੈਂਟਸ ਫੇਕ ਹੈ ਐਮਬੈਸੀਜ਼ ਨੂੰ ਇਸ ਚੀਜ਼ ਦੇ ਵਿੱਚ ਹੈਗਾ ਕਿ ਇਹ ਡਾਕੂਮੈਂਟੇਸ਼ਨ ਫਰੋਡਲੈਂਟ ਹੈਗੇ ਆ ਉਹ ਬੱਚਿਆਂ ਨੂੰ ਬੁਲਾਇਆ ਜਾ ਰਿਹਾ ਜਿਹਦੇ ਜੈਨੂਅਨ ਡਾਕੂਮੈਂਟਸ ਹੈਗੇ ਉਹ ਬਿਲਕੁਲ ਵਰੀ ਨਾ ਕਰਨ ਸੋ ਓਮ ਗਲੋਬਲ ਤੁਹਾਨੂੰ ਉਹਦੇ ਵਿੱਚ ਵੀ ਸਪੋਰਟ ਕਰੇਗਾ ਅਤੇ ਜੈਨੂਅਨ ਡਾਕੂਮੈਂਟੇਸ਼ਨ ਦੀ ਐਪਲੀਕੇਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸੋ ਮੇਰੀ ਇਹੀ ਚੀਜ਼ ਦੀ ਗੁਜ਼ਾਰਿਸ਼ ਹੈ ਹਰ ਇੱਕ ਐਪਲੀਕੈਂਟ ਨੂੰ ਹਰ ਇੱਕ ਕੰਸਲਟੈਂਟ ਨੂੰ ਕਿ ਜਿੰਨੇ ਵੀ ਡਾਕੂਮੈਂਟੇਸ਼ਨ ਤੁਸੀਂ ਕਿਸੇ ਵੀ ਕੰਟਰੀ ਦੇ ਸਬਮਿਟ ਕਰਦੇ ਹੋ ਜੈਨੂਅਨ ਹੀ ਲਗਾਉਣ ਸੋ ਕਿ ਅੱਗੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ ਸੋ ਉਮੀਦ ਹੈ ਕਿ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਇਸ ਚੀਜ਼ ਦਾ ਜਵਾਬ ਮਿਲ ਚੁੱਕਾ ਹੈ ਧੰਨਵਾਦ